ਗੁਰੂ ਸਾਹਿਬਾਨ ਨੇ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਰੱਖਿਆ ਕਿ ਇਹ ਮਨੁੱਖ ਜੇ ਤੂੰ ਆਪਣੇ ਮਨ ਨੂੰ ਪਵਿੱਤਰ ਕਰਨਾ ਚਾਹੁੰਦਾ ਹੈ ਉਸ ਨੂੰ ਰੋਸ਼ਨ ਕਰਨਾ ਚਾਹੁੰਦਾ ਤਾਂ ਗੁਰੂ ਦਾ ਸਹਾਰਾ ਲੈਣਾ ਪਏਗਾ ਗੁਰੂ ਜੋ ਰੋਸ਼ਨੀ ਦਾ ਸੋਮਾ ਹੈ ਜਿਹੜਾ ਲਾਈਟ ਹਾਊਸ ਹੈ ਜਿਹੜਾ ਤੁਹਾਨੂੰ ਰਸਤਾ ਦੱਸ ਸਕਦਾ ਜਿਹੜਾ ਭੁੱਲੇ ਭਟਕਿਆਂ ਨੂੰ ਰਾਹ ਵਿਖਾ ਸਕਦਾ ਜਿਹੜਾ ਮਨੁੱਖ ਦੇ ਅੰਦਰ ਦੇ ਸੰਕਟ ਨੂੰ ਉਹਦੇ ਤਣਾਅ ਨੂੰ ਉਸ ਦੇ ਅੰਦਰ ਦੀਆਂ ਮੁਸ਼ਕਲਾਂ ਨੂੰ ਦੂਰ ਕਰ ਸਕਦਾ ਹੈ ਇਹ ਕੰਮ ਕਿਸੇ ਇੱਕ ਛਟਕੇ ਨਾਲ ਨਹੀਂ ਹੁੰਦਾ ਲਗਾਤਾਰ ਇਹਦੇ ਲਈ ਲਗਨ ਦੇ ਨਾਲ ਉਹਨੂੰ ਗੁਰੂ ਨੂੰ ਫਾਲੋ ਕਰਨਾ ਪੈਂਦਾ ਹੈ ਔਰ ਗੁਰੂ ਅਰਜਨ ਦੇਵ ਜੀ ਨੇ ਇਸ ਅਮਰ ਨੂੰ ਬੜੇ ਖੂਬਸੂਰਤ ਤਰੀਕੇ ਨਾਲ ਕਿਹਾ ਕਿ ਫੂਟੋ ਆਂਦਾ ਪਰਮ ਕਮਨੇ ਪ੍ਰਕਾਸ਼ ਕਾਟੀ ਬੇੜੀ ਪਗੇ ਤੇ ਗੁਰ ਕੀਨੀ ਬੰਦ ਖਲਾਸ ਇਹ ਜਿਹੜੀ ਬੰਦ ਖਲਾਸੀ ਵਾਲੀ ਗੱਲ ਹੈ ਗੁਲਾਮੀ ਤੋਂ ਛੁਟਕਾਰੇ ਵਾਲੀ ਗੱਲ ਹੈ ਇਹ ਬੜੀ ਬਰੀਕ ਗੱਲ ਹੈ ਸੂਖਮ ਗੱਲ ਹੈ ਇਹ ਕਈ ਵਾਰੀ ਇਹ ਸਮਝਿਆ ਜਾਂਦਾ ਹੈ ਕਿ ਅਸੀਂ ਕਿਹਦੇ ਗੁਲਾਮ ਹੈ ਅਸਲ ਵਿੱਚ ਕਿਸੇ ਮਨੁੱਖ ਦੇ ਗੁਲਾਮ ਨਹੀਂ ਹੁੰਦੇ ਸਾਡੇ ਅੰਦਰ ਜਿਹੜੀਆਂ ਔਰਾਂ ਪੈਦਾ ਹੋਈਆਂ ਹੋਈਆਂ ਜਿਹੜੀਆਂ ਭੈੜੀਆਂ ਗੱਲਾਂ ਪੈਦਾ ਹੋਈਆਂ ਹੋਈਆਂ ਜਿਹੜੀਆਂ ਹਾਵੀ ਹੋਈਆਂ ਹੋਈਆਂ ਜਿਨ੍ਹਾਂ ਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਰਗੀਆਂ ਗੱਲਾਂ ਦੇ ਨਾਲ ਕਿਹਾ ਜਾਂਦਾ ਜਿਹੜੀਆਂ ਸ਼ੈਤਾਨੀ ਤੀਕ ਤਾਕਤਾਂ ਹਨ ਜਿਹਨੂੰ ਦੂਜਾ ਭਾਉ ਵੀ ਕਿਹਾ ਜਾਂਦਾ ਹੈ ਕਿ ਸੰਸਾਰ ਵਿੱਚ ਆ ਕੇ ਮਨੁੱਖ ਹੌਲੀ-ਹੌਲੀ ਪਰਮਾਤਮਾ ਨਾਲੋਂ ਟੁੱਟ ਜਾਂਦਾ ਹੈ ਅਕਾਲ ਪੁਰਖ ਦੀਆਂ ਕਦਰਾਂ ਕੀਮਤਾਂ ਨੂੰ ਵਿਸਾਰ ਲੈਂਦਾ ਹੈ ਉਹਦੀ ਸਚਾਈ ਨੂੰ ਭੁੱਲ ਜਾਂਦਾ ਹੈ ਤੇ ਜਦੋਂ ਉਹਦੀ ਸਚਾਈ ਨੂੰ ਭੁੱਲ ਜਾਂਦਾ ਹੈ ਤੇ ਉਹਦੀ ਜਿਹੜੀ ਮੁਕੰਮਲ ਹੋਂਦ ਹੈ ਉਸ ਦੇ ਵਿੱਚ ਟੁੱਟ ਭੱਜ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਜਿਹੜੀ ਸੰਪੂਰਨ ਮਨੁੱਖ ਦਾ ਸੰਕਲਪ ਹੈ ਇਸ ਨੂੰ ਗੁਰੂ ਸਾਹਿਬ ਨੇ ਇਸ ਐਂਗਲ ਤੋਂ ਦੱਸਿਆ ਕਿ ਮਨੁੱਖ ਦੇ ਮਨ ਤੋਂ ਗੱਲ ਸ਼ੁਰੂ ਹੁੰਦੀ ਹੈ ਆਤਮਾ ਆਪਣੇ ਆਪ ਵਿੱਚ ਨਿਰਸ਼ਲ ਰਹਿੰਦੀ ਹੈ ਸਦਾ ਲੇਕਿਨ ਮਨੁੱਖਲਾ ਮਨ ਜੋ ਹੈ ਉਹ ਕਈ ਵਾਰ ਲਿਬੜ ਜਾਂਦਾ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਔਰ ਕਈ ਵਾਰ ਦਲਦਲ ਵਿੱਚ ਤਸ ਜਾਂਦਾ ਹੈ ਉਸ ਨੂੰ ਬਚਾਉਣ ਲਈ ਇਹ ਯਤਨ ਕਰਨੇ ਪੈਂਦੇ ਆ ਕਿ ਗਿਆਨ ਦੇ ਰਸਤੇ ਤੇ ਤੁਰਿਆ ਜਾਵੇ ਅਨੁਭਵ ਦੇ ਰਸਤੇ ਤੇ ਤੁਰਿਆ ਜਾਵੇ ਲਗਾਤਾਰ ਪ੍ਰਤੀਬੱਧ ਰਿਹਾ ਜਾਵੇ ਸਹਿਜ ਰਿਹਾ ਜਾਵੇ ਸਲੀਕਾ ਸਿੱਖਿਆ ਜਾਵੇ ਮਨ ਨੂੰ ਟਿਕਾ ਕੇ ਰੱਖਣ ਦੀਆਂ ਵਿਧੀਆਂ ਜੋ ਯੋਗੀ ਨਾਸ ਦੱਸਦੇ ਸੀ ਹੱਠ ਯੋਗ ਦੀਆਂ ਉਹਨਾਂ ਤੋਂ ਮੁਕਤ ਹੋ ਕੇ ਸਾਧਾਰਨ ਜ਼ਿੰਦਗੀ ਜਿਉਂਦਿਆਂ ਹੋਇਆ ਸੰਦਿਆਂ ਖਿਲੰਦਿਆਂ ਪਹਿਨੰਦਿਆਂ ਕਮਾਉਂਦਿਆਂ ਵਿੱਚੇ ਹੋਵੇ ਮੁਕਤ ਵਾਲੀ ਗੱਲ ਜੋ ਹੈ ਉਸ ਨੂੰ ਅਪਣਾਇਆ ਜਾਵੇ ਤੋਂ ਗੁਰੂ ਸਾਹਿਬ ਨੇ ਜਦੋਂ ਜੀਵਨ ਮੁਕਤ ਦੀ ਗੱਲ ਕੀਤੀ ਹੈ ਇੱਕ ਐਸੀ ਯੁਗਤ ਦੀ ਗੱਲ ਕੀਤੀ ਹੈ ਤਾਂ ਨਾਲ ਨਾਲ ਸਾਨੂੰ ਹੋਰਾਂ ਵੀ ਦੱਸਿਆ ਜਦੋਂ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਮਨੁੱਖ ਦੇਖਣ ਨੂੰ ਤਾਂ ਮਨੁੱਖ ਹੁੰਦਾ ਹੈ ਲੇਕਿਨ ਉਹ ਪਸ਼ੂਆਂ ਵਰਗੀਆਂ ਹਰਕਤਾਂ ਕਰਦਾ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਰਤਨ ਤਿਆਗ ਕੌਡੀ ਸੰਗ ਰਖੇ ਸੱਚ ਛੋੜ ਝੂਠ ਥੰਗ ਮਜੇ ਇਹ ਸਾਰੀਆਂ ਜਿਹੜੀਆਂ ਮੁਸ਼ਕਲਾਂ ਨੇ ਇਸਤਰੀਆਂ ਦੇ ਇਸ ਤਰ੍ਹਾਂ ਦੀਆਂ ਕਿ ਸਹਿਜੇ ਹੀ ਕਿਉਂਕਿ ਬਹੁਤ ਬਾਰੀਕ ਲਕੀਰ ਹੈ ਚੰਗੀਆਂ ਕਦਰਾਂ ਕੀਮਤਾਂ ਤੇ ਮਾੜੀਆਂ ਕਦਰਾਂ ਕੀਮਤਾਂ ਵਿੱਚ ਬਹੁਤ ਸੂਖਮ ਵੰਡ ਹੈ ਸੱਚ ਵਿੱਚ ਤੇ ਝੂਠ ਵਿੱਚ ਬਹੁਤ ਸੂਖਮ ਵੰਡ ਹੈ ਬਰੀ ਤੇ ਨੀਕੀ ਵਿੱਚ ਥੋੜਾ ਜਿਹਾ ਉਹ ਵਾਲੋਂ ਨੀਕੀ ਪੁਲਸਰਾਤ ਪੁਲਸਰਾਤ ਵਾਲੀ ਗੱਲ ਹੈ ਥੋੜਾ ਜਿਹਾ ਇੱਧਰ ਉੱਧਰ ਥਿੜਕਿਆ ਤਾ ਜਿਹੜਾ ਬੁਰਾਈਆਂ ਦੀ ਅੱਗ ਵਿੱਚ ਮਨੁੱਖ ਡਿੱਗ ਸਕਦਾ ਹੈ ਇਹ ਕੋਈ ਇਹ ਡਰਾਉਣ ਵਾਲੀ ਗੱਲ ਨਹੀਂ ਉਹ ਕਰਦੇ ਪਰਮਾਉਣ ਵਾਲੀ ਗੱਲ ਵੀ ਨਹੀਂ ਕਰਦੇ ਉਹ ਸਮਝਾਉਣ ਵਾਲੀ ਗੱਲ ਕਰਦੇ ਆ ਇਹ ਜਿਹੜੀ ਸਮਝੌਤੀ ਦੇਣ ਦੀ ਗੱਲ ਹੈ ਇਹ ਵੀ ਗੁਰੂ ਸਹਿਬਾਨ ਨੇ ਸਿੱਖ ਚਿੰਤਨ ਵਿੱਚ ਜਿੰਨੀ ਸਹਿਜ ਰੂਪ ਵਿੱਚ ਕਹੀ ਗਈ ਹੈ ਔਰ ਜਿਉਂਦੇ ਜਾਗਦੇ ਮਨੁੱਖਾਂ ਵੱਲੋਂ ਜਿਹਨੂੰ ਅਸੀਂ ਗੁਰੂ ਸਾਹਿਬਾਨ ਕਹਿੰਦੇ ਹਾਂ ਜਿਉਂਦੇ ਜਾਗਦੇ ਮਨੁੱਖ ਸੀ ਉਹਨਾਂ ਨੇ ਮਨੁੱਖਾਂ ਵਾਂਗ ਜਨਮ ਲਿਆ ਮਨੁੱਖਾਂ ਵਾਂਗ ਜੀਵਨ ਵਿੱਚ ਵਿਚਰੇ ਮਨੁੱਖਾਂ ਵਾਂਗ ਗ੍ਰਸਤ ਨੂੰ ਹੰਡਾਇਆ ਤੋਂ ਉਹਨਾਂ ਵੱਲੋਂ ਇਹ ਜਿਹੜੀਆਂ ਤਜਰਬੇ ਦੇ ਵਿੱਚੋਂ ਅਨੁਭਵ ਦੇ ਵਿੱਚੋਂ ਜੀਵਨ ਦੀ ਸਾਧਨਾ ਦੇ ਵਿੱਚੋਂ ਪੈਦਾ ਕੀਤੀਆਂ ਗੱਲਾਂ ਸੀ ਉਹਨਾਂ ਨੂੰ ਸੰਖੇਪ ਰੂਪ ਵਿੱਚ ਜਦੋਂ ਅਸੀਂ ਕਹਿੰਦੇ ਆ ਜਦੋਂ ਗੁਰੂ ਅਰਜਨ ਦੇਵ ਇਹ ਕਹਿੰਦੇ ਨੇ ਕਿ ਸੋ ਪੰਡਤ ਜੋ ਮਨ ਪ੍ਰਬੋਧੇ ਤੋਂ ਇਹਦਾ ਬਹੁਤ ਵੱਡਾ ਪਸਾਰਾ ਹੋ ਸਕਦਾ ਹੈ ਇਸ ਗੱਲ ਦਾ ਮਨ ਨੂੰ ਪ੍ਰਬੋਧਣਾ ਮਨ ਨੂੰ ਬੁੱਧੀ ਨਾਲ ਲੈਸ ਕਰਨਾ ਮਨ ਨੂੰ ਚੇਤਨਾ ਨਾਲ ਲੈਸ ਕਰਨਾ ਸੁੱਤ ਸੁਰਤ ਮਨ ਬੁੱਧ ਸੁਰਤ ਮਤ ਬੁੱਧ ਵਾਲੀ ਗੱਲ ਜਿਹੜੀ ਇਸ ਪ੍ਰੋਸੈਸ ਦੇ ਵਿੱਚੋਂ ਗੁਜ਼ਰਨਾ ਇਹ ਇੱਕ ਬਹੁਤ ਵੱਡਾ ਇਮਤਿਹਾਨ ਹੈ ਲੇਕਿਨ ਨਾਲ ਦੀ ਨਾਲ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਕੰਡੀਸ਼ਨਿੰਗ ਤਾਂ ਹੈ ਸੋ ਪੰਡਤ ਜੋ ਮਨ ਪ੍ਰਬੋਧੇ ਇਹ ਕੰਡੀਸ਼ਨਿੰਗ ਹੈ ਕਿ ਬੰਨੇ ਪਹਿਲਾਂ ਉਹ ਨੈਗੇਟਿਵ ਗੱਲ ਦੱਸਦੇ ਆ ਦੂਜੇ ਬੰਨੇ ਪੋਜ਼ਿਟਿਵ ਗੱਲ ਦੱਸਦੇ ਆ ਖੰਡਨ ਕਰਦੇ ਆ ਫਿਰ ਮੰਡਨ ਕਰਦੇ ਆ ਜੀਵਨ ਦੀਆਂ ਜੋ ਮੁਸ਼ਕਲਾਂ ਨੇ ਉਹਨਾਂ ਨੂੰ ਵੀ ਦਰਸਾਉਂਦੇ ਆ ਲੇਕਿਨ ਮਨ ਤੇ ਤਨ ਦੇ ਵਿੱਚ ਜੋ ਦੁਫੇੜ ਪੈ ਜਾਂਦੀ ਹੈ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਤਨ ਦੀਆਂ ਜਿਹੜੀਆਂ ਗਿਆਨ ਇੰਦਰੀਆਂ ਨੇ ਜਿਹੜੀਆਂ ਸੈਂਸਸ ਨੇ ਪੰਜ ਸਾਡੀਆਂ ਉਹ ਆਪਣੇ ਤੌਰ ਤੇ ਕੰਮ ਕਰਦੀਆਂ ਨੇ ਜਦੋਂ ਆਪਣੇ ਤੌਰ ਤੇ ਕੰਮ ਉਹ ਕਰਦੀਆਂ ਨੇ ਉਹਨਾਂ ਦਾ ਵਿਕਾਰ ਵਿੱਚ ਆ ਜਾਣਾ ਉਹਨਾਂ ਦਾ ਓਲਾਰ ਹੋ ਜਾਣਾ ਉਹਨਾਂ ਦਾ ਕੋਈ ਨਾ ਕੋਈ ਇਸ ਤਰ੍ਹਾਂ ਦੀ ਚੀਜ਼ ਜਿਵੇਂ ਅਸੀਂ ਅੱਖਾਂ ਨਾਲ ਜਦੋਂ ਦੇਖਦੇ ਹਾਂ ਕੰਨਾਂ ਨਾਲ ਸੁਣਦੇ ਹਾਂ ਨੱਕ ਨਾਲ ਸੁੰਘਦੇ ਹਾਂ ਜੀਭ ਨਾਲ ਸਵਾਦ ਲੈਂਦੇ ਹਾਂ ਚਮੜੀ ਨਾਲ ਸਪਰਸ਼ ਕਰਕੇ ਮਹਿਸੂਸ ਕਰਦੇ ਹਾਂ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਸਾਡੇ ਮਨ ਨੂੰ ਤਰੰਗਤ ਕਰਨ ਵਾਲੀਆਂ ਨੇ ਖਾਣ ਪੀਣ ਵਾਲੀਆਂ ਅਵਸਥਾ ਆਨੰਦ ਲੈਣ ਵਾਲੀਆਂ ਅਵਸਥਾ ਪੈਸਾ ਇਕੱਠਾ ਮਾਇਆ ਜਿਸ ਬਾਰੇ ਗੁਰੂ ਸਾਹਿਬ ਨੇ ਕਿਹਾ ਕਿ ਮਾਇਆ ਧਾਰੀ ਅਤ ਅਨਬੋੜਾ ਇਸ਼ਾਰਾ ਹੈ ਕਿ ਉਹ ਬੰਦਾ ਜਿਹੜਾ ਧਨ ਇਕੱਠਾ ਕਰਨ ਵਾਲੇ ਪਾਸੇ ਪੈ ਜਾਂਦਾ ਹੈ ਜਿਹੜਾ ਭਰਮਾਂ ਵਿੱਚ ਫਸ ਜਾਂਦਾ ਹੈ ਜਿਹੜਾ ਹਰ ਤਰ੍ਹਾਂ ਦੀ ਮਾਇਆ ਨੂੰ ਗ੍ਰਹਿਣ ਕਰ ਲੈਂਦਾ ਹੈ ਉਹਦੇ ਤੋਂ ਛੁਟਕਾਰਾ ਨਹੀਂ ਪਾਉਂਦਾ ਉਹ ਅਨਾਂ ਤੇ ਬੋੜਾ ਹੋ ਜਾਂਦਾ ਹੈ ਉਹ ਸੁਣ ਵੀ ਨਹੀਂ ਸਕਦਾ ਕਿਉਂਕਿ ਉਹਦੀਆਂ ਸੈਂਸਸਿਸ ਅੰਦਰ ਲੀਆਂ ਜਿਹੜੀਆਂ ਨੇ ਜਿਹੜਾ ਉਹਦਾ ਤੀਜਾ ਨੇਤਰ ਆ ਉਹ ਬੰਦ ਹੋ ਜਾਂਦਾ ਹੈ ਬਾਰ ਲੀਆਂ ਅੱਖਾਂ ਭਾਵੇਂ ਕਾਇਮ ਰਹਿੰਦੀਆਂ ਨੇ ਅੰਨਾ ਹੋਣ ਦਾ ਮਤਲਬ ਇਹੀ ਹੈ ਕਿ ਤੀਸਰਾ ਨੇਤਰ ਚੰਗੇ ਮਾੜੇ ਦੀ ਪਛਾਣ ਕਰਨ ਦੀ ਅਵਸਥਾ ਜਿਹੜੀ ਹੈ ਉਹ ਸਮਾਪਤ ਹੋ ਜਾਂਦੀ ਆ ਤੋਂ ਉਸੇ ਸਿਰ ਉਹਨਾਂ ਨੇ ਕਿਹਾ ਮਨ ਮਰੇ ਧਾਤ ਮਰ ਜਾਏ ਗਿਆਨ ਦੇ ਰਸਤੇ ਤੁਰਨਾ ਅਨੁਭਵ ਦੇ ਰਸਤੇ ਤੁਰਨਾ ਨਥਿੰਗਨਸ ਵਾਲੇ ਪਾਸੇ ਤੁਰਨਾ ਆਪਣੇ ਮਨ ਨੂੰ ਖਾਲੀ ਕਰਨਾ ਜੇ ਮਨ ਨੂੰ ਇੱਕ ਵਾਰੀ ਖਾਲੀ ਕਰਾਂਗੇ ਬੁਰਾਈਆਂ ਤੋਂ ਤੇ ਤਾਂ ਹੀ ਕੁਝ ਚ ਨਵੀਂ ਚੀਜ਼ ਪੈ ਸਕਦੀ ਆ ਨਾ ਜੇ ਅਸੀਂ ਭਾਂਡੇ ਨੂੰ ਪਹਿਲੇ ਹੀ ਭਰਿਆ ਹੋਇਆ ਹੈ ਕੂੜੇਕਬਾੜ ਨਾਲ ਤੇ ਉਸ ਭਾਂਡੇ ਦੇ ਵਿੱਚ ਜਦੋਂ ਹੋਰ ਕੋਈ ਚੀਜ਼ ਚੰਗੀ ਵੀ ਪਾਵਾਂਗੇ ਤੇ ਉਹ ਵੀ ਕੂੜੇਕਬਾੜ ਦਾ ਰੂਪ ਧਾਰਨ ਕਰ ਚੇਗੀ ਇਹ ਜਦੋਂ ਪਿੱਛੋਂ ਆ ਕੇ ਗੁਰੂ ਗੋਬਿੰਦ ਸਿੰਘ ਨੇ ਜਦੋਂ ਲੋਹ ਖੰਡੇ ਬਾਟੇ ਦੇ ਪਹੜ ਦੀ ਗੱਲ ਕੀਤੀ ਹੈ ਉਹ ਵੀ ਇਸੇ ਕਾਰਨ ਕੀਤੀ ਹੈ ਉਹਨਾਂ ਨੇ ਕਿ ਮਨੁੱਖ ਦਾ ਮਨ ਤਿਆਰ ਹੋ ਜੇ ਜਦੋਂ ਉਹਨਾਂ ਨੇ ਸੀਸ ਮੰਗਿਆ ਤੇ ਸੀਸ ਮੰਗਣ ਦਾ ਮਤਲਬ ਇਹ ਹੀ ਸੀ ਕਿ ਸੁਪਰੀਮ ਸੈਕਰੀਫਾਈਸ ਕਰਨ ਲਈ ਤਿਆਰ ਨੇ ਸਾਰੀਆਂ ਜਿਹੜੀਆਂ ਇੱਛਾਵਾਂ ਨੇ ਕਾਮਨਾਵਾਂ ਨੇ ਜਿਹੜੀਆਂ ਜ਼ਿੰਦਗੀ ਦੀਆਂ ਅਸੀਂ ਕਹਿ ਸਕਦੇ ਹਾਂ ਕਿ ਮੋਹ ਨੇ ਜ਼ਿੰਦਗੀ ਦੇ ਉਹਨਾਂ ਨੂੰ ਛੱਡਣ ਲਈ ਤਿਆਰ ਆਏ ਮਨ ਦੇ ਚਤਰਪਟ ਉੱਤੇ ਇਹ ਸਾਰੀਆਂ ਔਰਾ ਜਿਹਨੂੰ ਆਮ ਤੌਰ ਤੇ ਲਬ ਲੋਭ ਸਾਰਾ ਕਿਹਾ ਜੰਬਾਬਾ ਫਰੀਦ ਬੜਾ ਸਪਸ਼ਟ ਕਹਿੰਦੇ ਨੇ ਫਰੀਦਾ ਜਾਂ ਲਬ ਤਮ ਮੋ ਤੋ ਇਹ ਜਿਹੜਾ ਆਪਸ ਵਿੱਚ ਪਿਆਰ ਹੋਣਾ ਮਨੁੱਖ ਦਾ ਮਨੁੱਖ ਨਾਲ ਪਿਆਰ ਹੋਣਾ ਮਨੁੱਖ ਦਾ ਮਨੁੱਖ ਨਾਲ ਜੁੜਨਾ ਮਨੁੱਖ ਦਾ ਇੱਕ ਦੂਜੇ ਨਾਲ ਪ੍ਰੇਮ ਵਿੱਚ ਵੱਜਣਾ ਮਨੁੱਖ ਨੂੰ ਚੰਗਾ ਮਨੁੱਖ ਬਣਨ ਵਾਲੇ ਤੁਰਨਾ ਤਾਂ ਕਿ ਚੰਗਾ ਸਮਾਜ ਚੰਗਾ ਪਰਿਵਾਰ ਪੈਦਾ ਹੋ ਸਕੇ ਇਹ ਜਿਹੜੀਆਂ ਚੀਜ਼ਾਂ ਨੇ ਗੁਰੂ ਸਾਹਿਬ ਨੇ ਇਹਨਾਂ ਵੱਲ ਸਾਡਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਇਹ ਉਹਨਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ ਔਰ ਮੁਕੰਮਲ ਇਨਸਾਨ ਜਿਹਨੂੰ ਆਪਾਂ ਕਹਿੰਦੇ ਗ੍ਰੰਥ ਦੀ ਜੋਤ ਵਾਲੇ ਪਾਸੇ ਆਪਾਂ ਦੇਖ ਸਕਦੇ ਹਾਂ ਕਿ ਪ੍ਰੈਕਟੀਕਲੀ ਇਤਿਹਾਸਿਕ ਤੌਰ ਤੇ ਗੁਰੂ ਗੋਬਿੰਦ ਸਿੰਘ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਐਲਾਨਿਆ ਤਾਂ ਉਹਨਾਂ ਨੇ ਮਾਈਨਸ ਕਰ ਦਿੱਤਾ ਸਰੀਰ ਰੂਪ ਵਿੱਚ ਦੇਹ ਰੂਪੀ ਗੁਰੂ ਨੂੰ ਉਹਨਾਂ ਨੇ ਕਿਹਾ ਇਹ ਵਿਚਾਰਧਾਰਾ ਇਹ ਜੋ ਸਿਧਾਂਤ ਦੀ ਧਾਰਾ ਹੈ ਇਹ ਜੋ ਚਿੰਤਨ ਦੀ ਧਾਰਾ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਚੱਲਦੀ ਇਹ ਚਿੰਤਨ ਦੀ ਜੋ ਜੋਤ ਜਗਦੀ ਹੈ ਜਿਹੜੇ ਜਿਹੜੀ ਤੁਹਾਡੇ ਮਨ ਦੀਆਂ ਹਨੇਰੀਆਂ ਗੁੱਠਾਂ ਨੂੰ ਰੋਸ਼ਨ ਕਰ ਸਕਦੀ ਹੈ ਜਿਹੜੀ ਮਨ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਰੋਕ ਸਕਦੀ ਹੈ ਇਹ ਅਸਲ ਵਿੱਚ ਤੁਹਾਡਾ ਗੁਰੂ ਹੈ